put down there. ਸੇਵਾ ਤੇ ਗਏ ਦਰਬਾਰ ਸਾਹਿਬ, ਉੱਥੇ ਜਾ ਕੇ ਆਲੂ ਉਬਾਲੇ ਸੀ, ਉਹਨਾਂ ਦੇ ਕੜਾਹੀ ਵਿੱਚ ਡਿੱਗ ਗਏ। ਉਹਨਾਂ ਦੀ ਸੇਵਾ ਕਰ ਰਹੇ ਸੀ ਗਰੀਬ ਪਰਿਵਾਰ, ਕਾਰੋਬਾਰ ਵਾਲਾ ਸਾਡੇ ਉਹ ਸੀ, ਬੇਟੀਆਂ ਦੋ ਸੀ, ਉਹ ਦੋ ਹੀ ਵਿਆਹ ਛੱਡ ਗਏ ਭਾਅ ਜੀ। ਕਾਰੋਬਾਰ ਵਾ ਕੋਈ ਨਹੀਂ, ਸਾਡੇ ਬੇਟੇ ਨੂੰ ACPC ਪ੍ਰਧਾਨ ਉਹਨਾਂ ਨੇ ਗਾੜੀ ਬੇਨਤੀ, ਹੱਥ ਜੁੜ ਕੇ ਸਾਡੇ ਬੱਚੇ ਨੂੰ ਨੌਕਰੀ ਦੇਣ, ਮਦਦ ਵੀ ਕਰਨ। ਸਾਡੀ ਕੰਮ ਰੇਹੜੀ ਲਾਉਂਦੇ ਸੀ, ਬੇਟੇ 'ਤੇ ਬੋਝ ਪੈ ਗਿਆ, ਰੇਹੜੀ ਲਾਉਂਦੇ ਸੀ ਆਪ, ਰੇਹੜੀ ਲਾ ਕੇ ਚਲੋ ਗੁਜ਼ਾਰਾ ਕਰਨੇ ਦਾ ਟਾਈਮ ਪਾਸ ਹੋਣ ਡਿਆ। ਹੁਣ ਕਾਰੋਬਾਰ ਵਾਲੇ ਕੋਈ ਨਹੀਂ ਹੈਗਾ, ਅਤੇ ਬੱਚੇ ਦੇ ਮੋਢਿਆਂ 'ਤੇ ਭਾਰ ਪਿਆ ਸਾਰਾ ਬੱਚਾ। ਹਾਂਜੀ, ਬੱਚਾ ਪੜ੍ਹਨ ਡਿਆ 11ਵੀਂ 'ਚ। ਹਾਂਜੀ, ਪੜ੍ਹੇਗਾ ਹੀ, ਰੇਹੜੀ ਜਾ ਜਾਏਗਾ ਤਾਂ ਚਾਹੇ ਪੜ੍ਹੇਗਾ, ਇੱਕੋ ਕੰਮ ਹੀ ਹੋਣਾ ਭਾਅ ਜੀ, ਗੁਜ਼ਾਰਾ ਉਹਦੇ ਕੋਲ ਹੋਣਾ ਨਹੀਂ ਹੈ, ਰੇਹੜੀ ਨਾਲ ਗੁਜ਼ਾਰਾ ਨਹੀਂ ਸਾਡਾ ਹੋਣਾ, ਅਤੇ ਬਾਪ ਦੇ ਨਾਲ ਹੀ ਜਾਂਦਾ, ਇਕੱਲੇ ਕਿਤੋਂ ਦੁਪਾਇਆ ਹੀ ਨਹੀਂ, ਟਾਈਮ ਪਾਸ ਨਹੀਂ ਹੋਣਾ ਇਕੱਲੇ। ਕਿੱਥੇ
ਘਰੋਂ ਤਾਂ ਸੇਵਾ ਤੇ ਗਏ ਦਰਬਾਰ ਸਾਹਿਬ, ਉੱਥੇ ਜਾ ਕੇ ਆਲੂ ਉਬਾਲੇ ਸੀ, ਉਹਨਾਂ ਤੋਂ ਕੜਾਹੀ ਵਿੱਚ ਡਿੱਗੇ, ਉਹਨਾਂ ਦੀ ਸੇਵਾ ਕਰ ਰਹੇ ਸੀ। ਗਰੀਬ ਪਰਿਵਾਰ ਕਾਰੋਬਾਰ ਵਾਲਾ ਸਾਡੇ ਉਹ ਸੀ, ਬੇਟੀਆਂ ਦੋ ਸੀ, ਉਹ ਦੋਵੇਂ ਵਿਆਹ ਛੱਡ ਗਏ ਭਾਅ ਜੀ। ਕਾਰੋਬਾਰ ਵਾਲਾ ਕੋਈ ਨਹੀਂ, ਸਾਡੇ ਬੇਟੇ ਨੂੰ ACPC ਪ੍ਰਧਾਨ ਉਹਨਾਂ ਨੇ ਗਾੜੀ ਬੇਨਤੀ ਹੱਥ ਜੁੜ ਕੇ ਸਾਡੇ ਬੱਚੇ ਨੂੰ ਨੌਕਰੀ ਦੇਣ, ਮਦਦ ਵੀ ਕਰਨ। ਸਾਡੀ ਕੰਮ ਰੇਹੜੀ ਲਾਉਂਦੇ ਸੀ, ਬੇਟੇ 'ਤੇ ਬੋਝ ਪੈ ਗਿਆ, ਰੇਹੜੀ ਲਾਉਂਦੇ ਸੀ ਆਪ, ਰੇਹੜੀ ਲਾ ਕੇ ਚਲੋ ਗੁਜ਼ਾਰਾ ਕਰਨੇ ਦਾ ਟਾਈਮ ਪਾਸ ਹੋਣ ਡਿਆ। ਹੁਣ ਕਾਰੋਬਾਰ ਵਾਲੇ ਕੋਈ ਨਹੀਂ ਹੈਗਾ, ਅਤੇ ਬੱਚੇ ਦੇ ਮੋਢਿਆਂ 'ਤੇ ਭਾਰ ਪਿਆ ਸਾਰਾ ਬੱਚੇ। ਹਾਂਜੀ, ਬੱਚਾ ਪੜ੍ਹਨ ਡਿਆ 11ਵੀਂ 'ਚ। ਹਾਂਜੀ, ਪੜ੍ਹੇਗਾ ਹੀ, ਰੇਹੜੀ ਜਾਏਗਾ ਤਾਂ ਚਾਹੇ ਪੜ੍ਹੇਗਾ, ਇੱਕੋ ਕੰਮ ਹੀ ਹੋਣਾ ਭਾਅ ਜੀ, ਗੁਜ਼ਾਰਾ ਉਹਦੇ ਕੋਲ ਹੋਣਾ ਨਹੀਂ ਹੈ, ਰੇਹੜੀ ਨਾਲ ਗੁਜ਼ਾਰਾ ਨਹੀਂ ਸਾਡਾ ਹੋਣਾ, ਅਤੇ ਬਾਪ ਦੇ ਨਾਲ ਹੀ ਜਾਂਦਾ, ਇਕੱਲੇ ਕੋਈ ਆਈ ਨਹੀਂ, ਟਾਈਮ ਪਾਸ ਨਹੀਂ ਹੋਣਾ ਇਕੱਲੇ।